ਐਫਐਮ 95 ਪੰਜਾਬ ਰੰਗ ਦੇ ਸਭ ਸੁਣਨ ਵਾਲਿਆਂ ਦਾ ਰੇਡੀਓ ਰਾਈ ਔਰ ਸਾਡੇ ਸੋਸ਼ਲ ਮੀਡੀਆ ਅਕਾਊਂਟ ਰਾਈ ਦੇਖਣ ਵਾਲੇ ਨੇ ਉਹਨਾਂ ਦਾ ਇੱਕ ਵਾਰ ਫੇਰ ਨਨਕਾਣਾ ਸਾਹਿਬ ਦੇ ਵਿੱਚ ਸਵਾਗਤ ਹੈ। ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਥੋੜੇ ਚਿਰ ਤੱਕ ਇੱਥੋਂ ਬਾਬਾ ਗੁਰੂ ਨਾਨਕ ਦੀ ਜਿਹੜੀ ਗੁਰਬਾਣੀ ਨੂੰ ਲੈ ਕੇ ਸਵਾਰੀ ਹੈ ਜਿਹਨੂੰ ਨਗਰ ਕੀਰਤਨ ਦਾ ਨਾਂ ਦਿੱਤਾ ਜਾਂਦਾ ਧਾਰਮਿਕ ਤੌਰ 'ਤੇ, ਉਹ ਤੁਰੇਗੀ ਔਰ ਉਸ ਬਾਰੇ ਰੌਣਕਾਂ ਪੂਰੇ ਜ਼ੋਰਾਂ 'ਤੇ ਨੇ। ਯਾਤਰੀ ਨੇ ਜਿਹੜੇ ਉਹ ਆਪਣੇ ਆਪਣੇ ਰੂਮਸ ਤੋਂ ਆਪਣੇ ਆਪਣੇ ਗੁਰੂ ਘਰਾਂ ਤੋਂ ਇਸ ਥਾਂ 'ਤੇ ਇਕੱਠੇ ਹੋ ਗਏ ਨੇ ਔਰ ਇਹਨਾਂ ਜਿਹੜੀਆਂ ਰੌਣਕਾਂ ਨੇ ਇਹਨਾਂ ਦਾ ਨਜ਼ਾਰਾ ਲੈਣਗੇ, ਇਹ ਸਮਾਗਮ ਹੈ ਜਿਹੜਾ ਉਹਦੀ ਨਿੱਘ ਮਹਿਸੂਸ ਕਰਨਗੇ। ਸੋ ਮੌਕੇ ਤੋਂ ਫਾਇਦਾ ਚੁੱਕਦੇ ਹੋਇਆਂ ਉਹ ਉਡੀਕ ਰਹੇ ਸਨ ਔਰ ਮੈਂ ਲੱਭ ਰਿਹਾ ਸਾਂ, ਦੋਵੇਂ ਕੰਮ ਹੋ ਗਏ ਨੇ, ਉਹਨਾਂ ਨਾਲ ਗੱਲਬਾਤ ਕਰਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਮੇਰਾ ਨਾਂ ਸਤਵਿੰਦਰ ਸਿੰਘ ਹੈ ਜੀ। ਮੈਂ ਬੀਰਾਂ ਬੱਧੀ ਪਿੰਡ ਹਰਿਆਣੇ 'ਚ, ਪੰਜਾਬ 'ਚ ਸਟੇਟ ਬਣੀ ਹਰਿਆਣਾ, ਉਹਦੇ 'ਚ ਫਤਿਹਗੜ੍ਹ ਡਿਸਟ੍ਰਿਕਟ ਤੋਂ ਆਇਆ ਜੀ, ਬਿਲੋਂਗ ਕਰਦਾ ਜੀ। ਆਇਆਂ ਨੂੰ ਕਹਿੰਦੇ ਜਨਾਬ ਤੁਹਾਨੂੰ? ਥੈਂਕ ਯੂ ਜੀ, ਸ਼ੁਕਰੀਆ ਜੀ ਬਹੁਤ। ਇੱਕ ਗੱਲ ਦੱਸਿਆ ਜੇ ਕਿ ਸਾਡੇ ਵਾਲੇ ਪਾਸੇ ਬਾਹਾਂ ਖੋਲ ਕੇ ਜੀ ਆਇਆਂ ਨੂੰ ਆਖਿਆ ਗਿਆ, ਸਵਾਗਤ ਕੀਤਾ ਗਿਆ। ਮਾਫੀ ਚਾਹਾਂਗਾ ਤੁਹਾਡਾ ਮੀਡੀਆ ਜਿਹਨਾਂ ਕਸੀ ਮੋਨੀਟਰ ਇੱਥੇ ਕੀਤਾ, ਉਹ ਕੋਈ ਦੁੱਧ 'ਚ ਮੰਗਣਾ ਹੀ ਪੈਂਦੀਆਂ ਰਹੀਆਂ। ਪਿਆਰ ਦਾ ਜਵਾਬ ਪਿਆਰ ਨਾਲ ਕਿਉਂ ਨਹੀਂ ਦਿੱਤਾ ਗਿਆ? ਇਹ ਤਾਂ ਹੁਣ ਅਸੀਂ ਕੀ ਕਹਿ ਸਕਦੇ ਹਾਂ ਜੀ ਉੱਥੋਂ ਦੇ ਮੀਡੀਆ ਬਾਰੇ, ਪਰ ਇੱਥੇ ਸਾਨੂੰ ਬਹੁਤ ਮਾਣ ਸਨਮਾਨ ਮਿਲਿਆ ਹੈ। ਇਮਰਾਨ ਖਾਨ ਨੇ ਉੱਥੇ ਉਦਘਾਟਨ ਕੀਤਾ, ਉਹ ਸਾਰੇ ਬਹੁਤ ਹੀ ਪ੍ਰਸ਼ੰਸਾ ਕੀਤੀ ਹੈ, ਸਾਰੇ ਵਰਲਡ 'ਚ ਪ੍ਰਸ਼ੰਸਾ ਹੋਈ ਹੈ। ਵੀਜੇ ਮਿਲੇ, ਸਾਰੇ ਦੁਨੀਆ ਦਾ ਆਉਣ ਜਾਣ ਵਧਿਆ ਜੀ। ਅਸੀਂ ਚਾਹੁੰਦੇ ਅੱਗੇ ਤੋਂ ਹੋਰ ਹੀ ਬਾਬਾ ਨਾਨਕ ਮਿਹਰ ਕਰੇ, ਸਾਰੇ ਆਪਸ ਭੈਣ ਭਾਈ ਮਿਲ ਜਾਣ, ਅਸੀਂ ਜਾਈਏ। ਔਰ ਸਾਡੇ ਪੁਰਾਣਾ ਪਿੰਡ ਇੱਥੇ ਲੈਲਪੁਰ ਜ਼ਿਲ੍ਹੇ ਸੀਗਾ, ਗੋਜਰੇ ਦੇ ਲਾਗੇ ਜੱਲਿਆਂਵਾਲਾ ਪਿੰਡ ਸੀ, ਚੱਕ ਨੰਬਰ 367। ਅਸੀਂ ਚਾਹੁੰਦੇ ਉੱਥੇ ਵੀ ਅੱਜ ਸਾਰੀ ਦੁਨੀਆ ਖੁੱਲ੍ਹੇ ਆਵੇ ਜਾਵੇ, ਪ੍ਰੇਮ ਭਰਾਵ ਹੋਰ ਵਧੇ, ਸ਼ਾਂਤੀ ਦਾ ਜਾਵੇ ਜੀ, ਸਾਰਿਆਂ ਨੂੰ ਜਾਵੇ, ਸਾਰਿਆਂ ਅੱਗੇ ਸ਼ਾਂਤੀ ਦਾ ਜਾਵੇ। ਅੱਛਾ, ਇੱਕ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਣ ਡਿਆ, ਜਿਹੜੇ ਚੜ੍ਹਦੇ ਪਾਸੇ ਸਾਡੇ ਜੀ ਨੇ ਉਹ ਦੱਸ ਰਹੇ ਨੇ ਕਿ ਚੜ੍ਹਦੇ ਪਾਸੇ ਜਾਂ ਭਾਰਤ ਵਾਲੇ ਪਾਸੇ ਉਹਦਾ ਦੇ ਕਹਿੰਦੇ ਨੇ ਕਿ ਹਰਾ ਰੰਗ ਜਿਹੜਾ ਉਹਨੂੰ ਵੀ ਜ਼ਰਾ ਹੁੰਦਾ ਕਿ ਇਹ ਕੀ ਕਰਨ ਲੱਗੇ ਨੇ, ਪਰ ਹੁਣ ਉੱਥੇ ਬਿੱਲ ਬੋਰਡ, ਸਾਈਨ ਬੋਰਡ, ਵੱਡੇ ਵੱਡੇ ਇਸ਼ਤਿਹਾਰ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਲੱਗੇ ਨੇ, ਉੱਥੇ ਦੇ ਸ਼ੁਕਰਾਨੇ ਦੇ ਵੀ ਬੋਲ ਨੇ, ਸ਼ਾਬਾਸ਼ੀ ਦੇ ਵੀ ਨੇ, ਕਿੰਨੀ ਕੁ ਹੱਕੀ ਗੱਲ ਹੈ? ਹਾਂ ਲੱਗੇ, ਕੋਈ ਲੱਗੇ ਥੋੜੇ ਵੱਲ ਲੱਗੇ ਨੇ, ਇੰਨੇ ਜ਼ਿਆਦਾ ਨਹੀਂ ਹੈ। ਮੈਂ ਲੱਗੇ ਹੈ ਨੇ, ਲੱਗੇ ਹੈ, ਇਸ ਤੋਂ ਪਹਿਲਾਂ ਦੇ ਕੰਮ ਨਹੀਂ ਨਾ ਹੋਇਆ? ਨਹੀਂ ਨਹੀਂ, ਅਤੇ ਹੁਣ ਬਹੁਤ ਪ੍ਰੇਮ ਭਾਵਨਾ ਲੋਕੀ ਦੇਖਦੇ ਇਮਰਾਨ ਖਾਨ ਨੂੰ, ਅਤੇ ਜਦੋਂ ਸਿੱਧੂ ਦਾ ਜਿਹੜਾ ਇੰਨਾ ਰੋਲ ਹੀ ਚੰਗਾ ਰਿਹਾ ਜੀ, ਤਾਂ ਇੰਡੀਅਨ ਗੌਰਮੈਂਟ ਦਾ ਕੋਈ ਰੋਲ ਠੀਕ ਹੀ ਰਿਹਾ, ਅਤੇ ਇਸ ਕਰਕੇ ਇੱਥੇ ਆਏ ਅਸੀਂ ਜੀ। ਹਾਂਜੀ, ਭਾਰਤੀ ਪ੍ਰਧਾਨ ਮੰਤਰੀ ਦਾ ਇੰਨਾ ਇਮਰਾਨ ਖਾਨ ਦਾ ਆਪਸ ਜੋ ਹੈ, ਅਸੀਂ ਕਹਿੰਦੇ ਹੋਰ ਮੇਲ ਮਿਲਾਪ ਵਧੇ, ਅਸੀਂ ਤਰੱਕੀ ਕਰੀਏ, ਪਾਕਿਸਤਾਨ ਤਰੱਕੀ ਕਰੇ, ਹਿੰਦੁਸਤਾਨ ਤਰੱਕੀ ਕਰੇ, ਅਸੀਂ ਤਾਂ ਇਹੀ ਚਾਹੁੰਦੇ ਜੀ, ਇਹੀ ਦੁਆ ਕਰਦੇ ਹਾਂ। ਰੱਬ ਕਰੇ ਤੁਹਾਡੀ ਛੇਤੀ ਸੁਣੀ ਜਾਏ, ਬਾਬੇ ਨਾਨਕ ਦੀ ਧਰਤੀ 'ਤੇ ਬਹਿ ਕੇ ਤੁਸੀਂ ਇਹ ਅਰਦਾਸ ਕਰਨ ਡੇ ਜੇ। ਸਤਿ ਸ਼੍ਰੀ ਅਕਾਲ ਬਜ਼ੁਰਗੋ। ਹਾਂਜੀ, ਮੇਰਾ ਨਾਂ ਜੀ ਬਲਦੇਵ ਸਿੰਘ ਹੈ, ਮੈਂ ਪਿੰਡ ਸੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਤੋਂ ਆਇਆ। ਮੈਂ ਅੱਗੇ ਦੋ ਵਾਰ ਆ ਚੁੱਕਾ ਅਤੇ ਤੀਜੀ ਵਾਰ ਹੁਣ ਫਿਰ ਦੁਬਾਰਾ ਆਇਆ। ਪਿਛਲੇ ਦੋ ਵਾਰ ਨਾਲੋਂ ਐਰਕੀ 550ਵੇਂ ਜਨਮ ਦਿਨ ਦੀਆਂ ਰੌਣਕਾਂ ਦੇ ਉਪਰਾਲੇ ਨੇ ਜਿਹੜੇ, ਇਹਨਾਂ ਬਾਰੇ ਤੁਹਾਡੇ ਕੀ ਸ਼ਬਦ ਨੇ? ਪਿਛਲੇ ਨਾਲੋਂ ਐਰਕੀ ਕੁਛ ਜ਼ਿਆਦਾ ਜਾਪਦਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਬਿਲਕੁਲ ਪਿਛਲੇ ਨਾਲ ਕੁਛ ਬਹੁਤ ਜ਼ਿਆਦਾ ਜ਼ਿਆਦਾ ਹੈਗਾ, ਅੰਤਰ ਬਹੁਤ ਜ਼ਿਆਦਾ ਫਰਕ ਹੈਗਾ। ਜਿਹੜੇ ਪ੍ਰਬੰਧ ਕੀਤੇ ਗਏ ਨੇ, ਜਿਹੜੇ ਰਹਿਣ ਵੱਲੋਂ, ਖਾਣ ਪੀਣ ਵੱਲੋਂ, ਲੰਗਰ ਪਾਣੀ ਵੱਲੋਂ, ਸਿਕਿਉਰਿਟੀ ਵੱਲੋਂ, ਉਸ ਬਾਰੇ ਤੁਹਾਡਾ ਕੀ ਕਹਿਣਾ? ਅਰੇਂਜਮੈਂਟ ਸਰ ਜੀ ਕਿਸੇ ਵੀ ਪ੍ਰਕਾਰ ਦੀ ਹੋਵੇ, ਮੈਂ ਉਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਸਾਰੇ ਛੋਟੇ ਲਫ਼ਜ਼ ਬੋਲਦਾ ਵੀ ਵੱਧ ਤੋਂ ਵੱਧ ਸ਼ੁਕਰਗੁਜ਼ਾਰ ਹਾਂ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾ ਸਕਦਾ ਕੀਤਾ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਸਾਡੀ ਇਹੋ ਆਸ ਹੈ ਵੀ ਜਿੱਦਾਂ ਹੁਣ ਖੁੱਲ੍ਹ ਗਿਆ ਕੰਮ, ਅਤੇ ਅੱਗੇ ਵਾਸਤੇ ਵੀ, ਭਵਿੱਖ ਵਾਸਤੇ ਵੀ, ਦੋਵੇਂ ਦੇਸ਼ਾਂ ਦੇ ਜਿਹੜੇ ਲੋਕ ਨਹੀਂ ਚਾਹੁੰਦੇ ਵੀ ਅਸੀਂ ਆਸ 'ਚ ਲੜੀਏ, ਪਰ ਸਰਕਾਰਾਂ ਦੀ ਹੋਰ ਮਰਜ਼ੀ ਹੁੰਦੀ ਕੁਛ, ਪਰ ਲੋਕ ਜਿਹੜੇ ਲੋਕਾਂ ਦਾ ਪਿਆਰ ਅੱਗੇ ਨੂੰ ਵੀ ਜ਼ਿਆਦਾ ਹੋਇਆ, ਅਤੇ ਸਾਡੀ ਇਹੋ ਆਸ ਹੈ ਵੀ ਲੋਕਾਂ ਦਾ ਪਿਆਰ ਅੱਗੇ ਨੂੰ ਵੀ ਜ਼ਿਆਦਾ ਹੋਊਗਾ। ਔਰ ਮੈਂ ਇਹ ਵੀ ਤਮੰਨਾ ਕਰਦਾ ਵੀ ਜਿਹੜੀ ਬਾਰਡਰ 'ਤੇ ਤਾਰ ਲੱਗੀ ਉਹ ਕਿਸੇ ਮੌਕੇ ਤਾਰ ਲੈ ਜਾਵੇ, ਚੰਗੀ ਗੱਲ ਹੈ। ਬੜੀ ਮਿਹਰਬਾਨੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਕੇ ਸੋਹਣਾ ਲੱਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ ਆਪਣਾ? ਮੇਰਾ ਨਾਮ ਨਰਮੈਲ ਸਿੰਘ ਹੈ ਜੀ, ਮੈਂ ਚੰਡੀਗੜ੍ਹ ਦੇ ਕੋਲ ਪਿੰਡੋਂ ਆਇਆ ਜੀ, ਜ਼ਿਲ੍ਹਾ ਪੰਚਕੂਲਾ ਜੀ, ਅਤੇ ਜੀ ਪਹਿਲੀ ਵਾਰ ਆਏ ਜੀ ਇੱਥੇ ਨਨਕਾਣਾ ਸਾਹਿਬ। ਅੱਜ ਬਾਬੇ ਦੇ ਪ੍ਰਾਹੁਣਾ ਬਣ ਕੇ ਅੰਦਰ ਦੇ ਜਿਹੜੇ ਚਾਹ ਨੇ ਉਹ ਕਿੱਦਾਂ ਛਾਲਾ ਮਾਰਨ ਡੇ ਨੇ, ਕੀ ਅਹਿਸਾਸ ਜਜ਼ਬਾਤ ਨੇ, ਜ਼ਰੀਆ ਆਪਣੇ ਬੋਲੀ ਆਪ ਹੀ ਦੱਸ ਦਿਓ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ, ਬਾਬੇ ਨਾਨਕ ਦੇ 550ਵੇਂ ਜਨਮ ਦਿਨ 'ਤੇ ਅਸੀਂ ਇੱਥੇ ਆਏ ਜੀ, ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਜੀ, ਸਾਰੇ ਪ੍ਰਬੰਧ ਬਹੁਤ ਖੁਸ਼ ਵਧੀਆ ਸੀ, ਪ੍ਰਬੰਧ ਸਾਰੇ, ਲੰਗਰ ਬਹੁਤ ਵਧੀਆ ਸੀ, ਅਤੇ ਰਹਿਣ ਸਹਿਣ ਦਾ, ਨਹਾਉਣ ਧੋਣ ਦਾ, ਸਾਰੇ ਲੈਟਰਿਨ ਬਾਥਰੂਮ ਬਹੁਤ ਵਧੀਆ ਪ੍ਰੋਗਰਾਮ ਸੀ ਜੀ, ਅਸੀਂ ਬਹੁਤ ਖੁਸ਼ ਹਾਂ ਜੀ ਇਮਰਾਨ ਖਾਨ ਸਾਹਿਬ ਤੋਂ। ਸਾਡੀ ਵੀ ਅਰਦਾਸ ਹੈ ਕਿ ਜਦੋਂ ਜਾਓ ਤਾਂ ਬਾਬੇ ਦੇ ਇਸ ਦਰ ਤੋਂ ਸੋਹਣੀਆਂ ਯਾਦਾਂ, ਸੋਹਣੀਆਂ ਗੱਲਾਂ ਲੈ ਕੇ ਜਾਓ। ਹਾਂਜੀ ਹਾਂਜੀ, ਅਸੀਂ ਵੀ ਅਰਦਾਸ ਕਰਦੇ ਹਾਂ ਜੀ, ਇਮਰਾਨ ਖਾਨ ਜੀ ਵੀ ਬਹੁਤ ਤਰੱਕੀ ਕਰਨ ਅੱਗੇ ਵਾਸਤੇ ਪ੍ਰਧਾਨ ਮੰਤਰੀ ਬਣੇ ਰਹਿਣਗੇ, ਅਤੇ ਵਾਹਿਗੁਰੂ ਨਾਲ ਲੋਕਾਂ ਦਾ ਪਿਆਰ ਵਧੇਗਾ ਜੀ, ਅਸੀਂ ਬਹੁਤ ਬਹੁਤ ਖੁਸ਼ ਹਾਂ ਇਸ ਕਰਕੇ। ਥੈਂਕ ਯੂ ਜੀ, ਕੁਛ ਸਮਾਂ ਦਿੱਤਾ। ਥੈਂਕ ਯੂ ਜੀ। ਇਹ ਬਜ਼ੁਰਗ ਨੇ ਤਾਂ ਮੈਂ ਇੱਧਰ ਆ ਜਾਣਾ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ, ਮੈਨੂੰ ਮੈਨੂੰ ਤੋਂ ਅਤੇ ਆਉਣਾ ਕਿੱਥੋਂ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜਗੀਰ ਸਿੰਘ ਹੈ ਜੀ, ਅਸੀਂ ਹਰਿਆਣੇ 'ਚੋਂ ਆਏ ਹਾਂ, ਇੰਡੀਆ ਤੋਂ, ਜਿਹੜਾ ਫਤਿਹਾਬਾਦ ਸੀ ਰਤੀਆ,
ਸਾਨੂੰ ਪਾਣੀ ਦੇਣਾ ਪਿਆ, ਚਾਹ ਪਾਣੀ ਸਾਨੂੰ ਪਿਆ, ਸਾਨੂੰ ਲੰਗਰ ਛਕਾਇਆ ਉਹਨਾਂ ਨੇ। ਜਦੋਂ ਇੱਥੇ ਨਨਕਾਣਾ ਸਾਹਿਬ ਅਸੀਂ ਆ ਗਏ, ਇੱਥੇ ਸਾਡਾ ਸਕਿਉਰਟੀ ਵੱਲੋਂ ਬੜਾ ਇੰਤਜ਼ਾਰ ਕੀਤਾ ਗਿਆ, ਸਾਡੀ ਬੜੀ ਸੇਵਾ ਹੋਈ, ਲੰਗਰ ਪਾਣੀ ਦੀ ਸਾਡੀ ਬਹੁਤ ਸੇਵਾ ਕੀਤੀ, ਜੋ ਸਾਡੇ ਸਕਿਉਰਟੀ ਦੇ ਭਰਾ ਸੀ ਸਾਡੇ ਨਾਲ ਬੜਾ ਮਾਣ ਸਨਮਾਨ ਕੀਤਾ। ਹੋਰ ਮੈਂ ਇਹ ਚਾਹੁੰਦਾ ਵਾਂ ਹਿੰਦੁਸਤਾਨ ਦਾ, ਪਾਕਿਸਤਾਨ ਦਾ ਬਹੁਤ ਬੇਲ ਮਤਲਬ ਹੋਵੇ, ਬਹੁਤ ਖੁਸ਼ੀਆਂ ਭਰਿਆ ਸੁਨੇਹਾ ਆਵੇ, ਅਸੀਂ ਜੇ ਇੱਥੇ ਆਈਏ ਇਹ ਸਾਡੇ ਭਰਾ ਸਾਡੇ ਉੱਥੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਜ਼ੁਰਗ ਦੇ ਜਜ਼ਬਾਤ ਤੁਸੀਂ ਸੁਣੇ, ਔਰ ਭਾਈ ਹੁਣਾਂ ਦੇ ਨਾਲ ਤੇ ਰਾਤ ਵੀ ਮੁਲਾਕਾਤ ਕੀਤੀ ਸੀਗੀ, ਪਰ ਹੁਣ ਕਿਉਂਕਿ ਬੈਠਿਆਂ ਫੜੇ ਗਏ ਨੇ ਤੇ ਅਸੀਂ ਕਿੱਦਾਂ ਇਹਨਾਂ ਨੂੰ ਛੱਡ ਸਕਦੇ ਹਾਂ, ਇੱਕ ਵਾਰ ਫਿਰ ਤਾਰੁਫ ਕਰਵਾ ਦਿੰਦੇ ਹਾਂ ਸਾਡੇ ਸੁਣਨ ਵਾਲਿਆਂ ਨੂੰ ਅੱਜ, ਜਿਹੜੇ ਰਾਤੀ ਨਹੀਂ ਵੇਖ ਸਕੇ ਉਹਨਾਂ ਵਾਸਤੇ ਦੱਸੋ ਕਿ ਨਾਮ ਕੀ ਆਪਣਾ। ਹਾਂਜੀ, ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਮੈਂ। ਔਰ ਕੁਲਵਿੰਦਰ ਭਾਈ ਹੁਣੇ ਸਿਡਨੀ ਆਸਟ੍ਰੇਲੀਆ ਤੋਂ ਆਏ ਆ, ਬਾਕੀ ਮੈਂ ਦੱਸ ਦਿੰਦਾ ਤੁਹਾਨੂੰ ਇਹ ਯਕੀਨ ਦਵਾਉਣ ਵਾਸਤੇ ਕਿ ਰਾਤੀ ਆਪਾਂ ਮਿਲੇ, ਕੀ ਹਾਲ ਚਾਲ? ਬਹੁਤ ਵਧੀਆ ਤੁਹਾਡਾ। ਦੇਖੋ ਇਹ ਮੇਰਾ ਇਹ ਮੰਨਣਾ ਵਾ, ਸੋਚ ਆ ਮੇਰੀ ਕਿ ਇਹ ਕੋਈ ਪੁਰਾਣੇ ਸੰਬੰਧ ਹੁੰਦੇ ਆ ਜਿਹੜੇ ਆਪਾਂ ਵਾਰ ਵਾਰ ਮਿਲਦੇ ਹਾਂ, ਨਹੀਂ ਤਾਂ ਇੱਥੇ ਕਰੋੜਾਂ ਅਰਬਾਂ ਖਰਬਾਂ ਦੁਨੀਆ ਵਾ, ਜਦੋਂ ਆਪਣੇ ਨਾਲ ਕੋਈ ਪਿਆਰ ਦੇ ਬੋਲ ਬੋਲਦਾ ਕੋਈ ਤੇ ਪੁਰਾਣੇ ਕੋਈ ਸੰਬੰਧ ਹੁੰਦੇ ਨੇ, ਤੁਹਾਡੇ ਨਾਲ ਦੁਬਾਰਾ ਮੁਲਾਕਾਤ ਬੜੀ ਖੁਸ਼ੀ ਹੋਈ। ਤੁਸੀਂ ਇਹ ਦੱਸੋ ਕਿ ਅੱਜ ਜਿਹੜਾ ਬਿਲਕੁਲ ਸਮਾਗਮ ਵੇਖ ਰਹੇ, ਜੇ ਕੋਈ ਥੋੜ੍ਹੀ ਜਿਹੀ ਮੰਜ਼ਰਕਸ਼ੀ ਆਪ ਆਪਣੇ ਅੱਖੀਂ ਕਰੋ। ਹਾਂ, ਪਹਿਲਾਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੀ ਗੁਰੂ ਨਾਨਕ ਨਾਮ ਲੇਵਾ ਗੁਰੂ ਰੂਪ ਸਾਧ ਸੰਗਤ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ 550ਵੇਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅਸੀਂ ਅੱਜ ਇਸ ਪਵਿੱਤਰ ਧਰਤੀ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਬੈਠੇ ਹਾਂ, ਔਰ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲੇ ਖੁਸ਼ਕਿਸਮਤ ਸਮਝ ਰਹੇ ਹਾਂ, ਔਰ ਸਾਡੀ ਅਰਦਾਸ ਆ ਕਿ ਹਰੇਕ ਸਿੱਖ ਨੂੰ ਇਸ ਪਵਿੱਤਰ ਧਰਤੀ ਦੇ ਦਰਸ਼ਨ ਦਿਦਾਰੇ ਜ਼ਰੂਰ ਹੋਣ। ਔਰ ਜਿਸ ਤਰ੍ਹਾਂ ਭਾਈ ਸਾਹਿਬ ਪੁੱਛ ਰਹੇ ਸੀਗੇ, ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਨਗਰ ਕੀਰਤਨ ਕਦੋਂ ਸ਼ੁਰੂਆਤ ਹੋਵੇ। ਇੱਥੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਏਗੀ ਜਨਮ ਸਥਾਨ ਨਨਕਾਣਾ ਸਾਹਿਬ, ਔਰ ਤਕਰੀਬਨ 3-4 ਕਿਲੋਮੀਟਰ ਹੋ ਸਕਦਾ ਜ਼ਿਆਦੇ ਜੋ ਬਾਜ਼ਾਰਾਂ ਦੇ ਵਿੱਚ ਹੁੰਦੇ ਹੋਏ, ਔਰ ਫਿਰ ਸਾਡੀ ਇੱਥੇ ਵਾਪਸੀ ਹੋਏਗੀ। ਬੜੀ ਮਿਹਰਬਾਨੀ ਕਿ ਤੁਸੀਂ ਉਹ ਜੋ ਇੱਕ ਪ੍ਰੋਗਰਾਮ ਦਾ ਸਕੇਜੂਅਲ ਆ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕੀਤਾ, ਥੈਂਕ ਯੂ। ਬਹੁਤ ਧੰਨਵਾਦ ਤੁਹਾਡਾ, ਔਰ ਇਸ ਮੀਡੀਆ ਦਾ, ਇਸ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਬਣਦਾ ਜੋ ਸਾਡੀ ਇਹ ਸਾਰੀ ਕਵਰੇਜ ਕਰ ਰਹੇ ਨੇ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਮੇਲੇ ਕਰਾ ਰਹੇ ਆ। ਔਰ ਜਿੱਥੇ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ, ਇਸ ਪਾਕਿਸਤਾਨ ਸਰਕਾਰ, ਸਾਡੇ ਬਹੁਤ ਹੀ ਸਤਿਕਾਰਯੋਗ ਇਮਰਾਨ ਖਾਨ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਇਹ ਸਾਰੇ ਸਿੱਖ ਵੀਰ ਸਾਡੇ ਸਾਰਿਆਂ ਦੀਆਂ ਦੁਆਵਾਂ ਨੇ, ਗੁਰੂ ਪਾਤਸ਼ਾਹ ਉਹਨਾਂ ਨੂੰ ਤਰੱਕੀਆਂ, ਹੋਰ ਤਰੱਕੀਆਂ, ਤੰਦਰੁਸਤੀਆਂ ਬਖਸ਼ਣ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਰਹਿੰਦੇ ਕੰਮ ਨੇ, ਇਸ ਲਾਈਨਾਂ ਨੇ ਜਿਹੜੀਆਂ ਬਾਰਡਰ ਨੇ, ਇਹ ਸਾਰੇ ਖੁੱਲ ਜਾਣ, ਇਹ ਸਾਡੇ ਵੀਰ ਭੈਣ ਆਪਸ ਵਿੱਚ ਗਲਵੱਖੜੀਆਂ ਪਾ ਕੇ ਮਿਲਦੇ ਰਹਿਣ, ਜਿੰਨਾ ਸਾਨੂੰ ਚਾਅ। ਇੱਧਰ ਵੀ ਸਾਡੇ ਬਹੁਤ ਪਾਕਿਸਤਾਨੀ ਵੀਰ ਭੈਣ ਹੈਗੇ ਨੇ ਜਿਹੜੇ ਉੱਧਰ ਜਾਣਾ ਚਾਹੁੰਦੇ ਨੇ, ਦਰਸ਼ਨ ਕਰਨਾ ਚਾਹੁੰਦੇ ਨੇ, ਜਿਵੇਂ ਅਜਮੇਰ ਸ਼ਰੀਫ ਹੋਇਆ ਜਾਂ ਹੋਰ ਕਿਤੇ ਵੀ। ਅਸੀਂ ਚਾਹੁੰਦੇ ਹਾਂ ਜੇ ਬਾਰਡਰ ਲਾਈਨਾਂ ਸਭ ਖਤਮ ਹੋ ਜਾਣ। ਇਹ ਸਾਡੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਆ ਜੀ ਸਾਡੀ। ਦੁਬਾਰਾ ਫਿਰ ਤੁਹਾਡਾ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਇਹ ਜਿਹੜੇ ਹੁੱਬਾ ਮਾਰਦਾ ਪਿਆਰ ਹੈ, ਇਹ ਜਿਹੜੇ ਸ਼ਬਦ ਨੇ, ਇਹ ਅੰਦਰੋਂ ਹੱਕੀ ਸੱਚੀ ਬਾਬੇ ਦੇ ਘਰੋਂ ਤੁਸੀਂ ਸਿੱਧੇ ਸੁਣੇ, ਤੁਹਾਡੇ ਤੱਕ ਲਾਈਵ ਪ੍ਰਸਾਰਿਤ ਕੀਤੇ ਗਏ। ਫਿਲਹਾਲ FM 95 ਪੰਜਾਬ ਰੰਗ ਲਈ ਅਸੀਂ ਨਨਕਾਣਾ ਸਾਹਿਬ ਤੋਂ ਇਸ ਕਵਰੇਜ ਦੇ ਨਾਲ ਸਾਂ, ਅਗਲੀ ਅਪਡੇਟ ਆ ਜਿਹੜੀ ਉਹਦੇ ਨਾਲ ਛੇਤੀ ਹੀ ਮਿਲਨੇ ਆ। ਫਿਲਹਾਲ ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਮੇਜ਼ਬਾਨ ਪ੍ਰੋਡਿਊਸਰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਚੱਲਦੇ ਹਾਂ ਵਾਪਸ ਲਾਹੌਰ ਸਟੂਡੀਓਜ਼।